ਸਾਸਰੀਕਾਲ ਜੀ, ਕੀ ਨਾਮ ਤੁਹਾਡਾ? ਪਰਮਜੀਤ ਸਿੰਘ। ਪਰਮਜੀਤ ਜੀ, ਜੋ ਅੱਜ ਇੱਥੇ ਮਕਾਨ ਬਣਾ ਕੇ ਦਿੱਤਾ ਜਾ ਰਿਹਾ, ਇਕੱਲਾ ਮਕਾਨ ਹੀ ਬਣਾ ਕੇ ਦੇ ਰਹੀ ਹੈ ਸਾਧ ਸੰਗਤ, ਕਿ ਇਸ ਤੋਂ ਇਲਾਵਾ ਹੋਰ ਵੀ ਕੋਈ ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਭਲਾਈ ਦੇ ਕਾਰਜ ਚੱਲਦੇ ਆ? ਡੇਰਾ ਸੱਚਾ ਸੌਦਾ ਸਰਸਾ ਦੇ ਸੰਸਥਾਪਕ ਸ਼ਹਿਨਸ਼ਾਹ ਹੁਸੈਨ ਸ਼ਾਹ ਵਾਲੀ ਦੁਰਖਾਨ ਸ਼ਾਹ ਮਸਤਾਨਾ ਜੀ ਮਹਾਰਾਜ, ਉਹਨਾਂ ਦਾ ਪਾਵਨ ਪਵਿੱਤਰ ਜੋ ਜਨਮ ਮਹੀਨਾ ਨਵੰਬਰ ਮਹੀਨਾ ਲੰਘ ਕੇ ਗਿਆ, ਸੋ ਉਸ ਦੇ ਅੰਤਰਗਤ ਹੀ ਮਾਨਵਤਾ ਭਲਾਈ ਦੇ ਹਜ਼ੂਰ ਪਿਤਾ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਅੰਸਾਂ ਵੱਲੋਂ ਜੋ ਮਾਨਵਤਾ ਭਲਾਈ ਦੇ 167 ਕਾਰਜ ਚਲਾਏ ਜਾ ਰਹੇ ਆ, ਜਿਨ੍ਹਾਂ ਦੇ ਵਿੱਚ ਲੋੜਵੰਦਾਂ ਨੂੰ ਮਕਾਨ ਬਣਾ ਕੇ ਦੇਣਾ ਆਸ਼ਿਆਨਾ ਮੁਹਿੰਮ ਤਹਿਤ, ਔਰ ਗੁਰਦੇ ਦਾਨ ਕਰਨਾ, ਖੂਨ ਦਾਨ ਕਰਨਾ, ਅੱਖਾਂ ਦਾਨ ਕਰਨਾ, ਇਸ ਤਰ੍ਹਾਂ ਦੇ ਲੋੜਵੰਦਾਂ ਦੀ ਮਦਦ ਕਰਨਾ, ਬਲਾਕਾਂ ਦੇ ਵਿੱਚ ਕਲੋਥ ਬੈਂਕ ਬਣਾਏ ਗਏ, ਟੋਏ ਬੈਂਕ ਬਣਾਏ ਗਏ, ਫੂਡ ਬੈਂਕ ਸਾਧ ਸੰਗਤ ਲੋੜਵੰਦਾਂ ਨੂੰ ਦੇ ਰਹੀ ਹੈ, ਤਾਂ ਇਸੇ ਤਰ੍ਹਾਂ ਹੀ 167 ਕਾਰਜ ਜੋ ਚੱਲਦੇ ਆ ਉਹਨਾਂ ਦੇ ਅੰਤਰਗਤ ਹੀ ਆਸ਼ਿਆਨਾ ਮੁਹਿੰਮ ਤਹਿਤ ਇਹ ਪਰਿਵਾਰ ਭੈਣ ਮਮਤਾ ਰਾਣੀ ਵੱਲੋਂ ਡੇਰਾ ਸੱਚਾ ਸੌਦਾ ਦੇ ਹੈਲਪਲਾਈਨ ਨੰਬਰ 'ਤੇ ਆਪਣੀ ਐਪਲੀਕੇਸ਼ਨ ਦਿੱਤੀ ਗਈ ਸੀ, ਜਿਸ ਨੂੰ ਕਿ 85 ਮੈਂਬਰ ਬਲਾਕ ਮੋਗਾ, ਜ਼ਿਲ੍ਹਾ ਮੋਗਾ ਦੇ 85 ਮੈਂਬਰ ਸਟੇਟ ਦੇ ਅਤੇ ਪਿੰਡ ਦੀ ਕਮੇਟੀ ਨੇ ਉਸ ਦੀ ਐਪਲੀਕੇਸ਼ਨ ਨੂੰ ਇੱਥੇ ਵੈਰੀਫਿਕੇਸ਼ਨ ਕਰਕੇ ਪਰਿਵਾਰ ਨੂੰ ਜ਼ਿੰਮੇਵਾਰਾਂ ਵੱਲੋਂ ਲੋੜਵੰਦ ਪਾਇਆ ਗਿਆ, ਤਾਂ ਉਸੇ ਦੇ ਤਹਿਤ ਹੀ ਇਹ ਮਕਾਨ ਅੱਜ ਜੋ ਬਣ ਰਿਹਾ ਉਹ ਮਕਾਨ ਡੇਰਾ ਸੱਚਾ ਸੌਦਾ ਸਿਰਸਾ ਦੇ ਸੰਸਥਾਪਕ ਸ਼ਹਿਨਸ਼ਾਹ ਮਸਤਾਨਾ ਜੀ ਦੇ ਪਾਵਨ ਪਵਿੱਤਰ ਭੰਡਾਰੇ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਸਾਧ ਸੰਗਤ ਨੇ ਲੋੜਵੰਦ ਨੂੰ ਇੱਕ ਮਕਾਨ ਬਣਾ ਕੇ ਦਿੱਤਾ। ਇਹਨਾਂ ਨੂੰ ਖਵਾਉਣੇ ਕੀ ਆ ਤੁਸੀਂ? ਇੰਨਾ ਜੋਸ਼ ਆ, ਸੰਗਤ ਭੱਜੀ ਫਿਰਦੀ ਆ, ਵੀ ਕਿੰਨਾ ਕੁ ਖੁਸ਼ੀ ਚੜ੍ਹਦੀ ਆ ਤੁਹਾਨੂੰ ਇਹ ਸੇਵਾ ਕਰਕੇ? ਇਹਦਾ ਜੀ ਹਜ਼ੂਰ ਪਿਤਾ ਜੀ ਨੇ ਇੱਕ ਵਾਰੀ ਸਾਧ ਸੰਗਤ ਦੇ ਵਿੱਚ ਵਚਨ ਫਰਮਾਏ ਸੀ ਕਿ ਜਦੋਂ ਰੂਹਾਨੀ ਜਾਮ ਸਾਧ ਸੰਗਤ ਨੂੰ ਪਿਆਇਆ ਅਤੇ ਲੋਕ ਵੀ ਦੁਨੀਆਂ ਦੇ ਕਹਿੰਦੇ ਸੀ ਕਿ ਡੇਰੇ ਸੱਚੇ ਸੌਦੇ ਸਰਸੇ ਵਾਲੇ ਇਹਨਾਂ ਨੂੰ ਕੀ ਪਿਆਉਂਦੇ ਆ, ਕੀ ਖਵਾਉਂਦੇ ਆ, ਤਾਂ ਹਜ਼ੂਰ ਪਿਤਾ ਜੀ ਨੇ ਕਿਹਾ ਜਾਂ ਪਿਆਉਣ ਵਾਲਾ ਜਾਣੇ ਅਤੇ ਜਾਂ ਪੀਣ ਵਾਲਾ ਜਾਣੇ। ਇਹਦਾ ਖੁਸ਼ੀ ਸਾਧ ਸੰਗਤ ਦੇ ਚਿਹਰਿਆਂ ਤੋਂ ਝਲਕਦੀ ਹੈ, ਜਿੰਨੀ ਖੁਸ਼ੀ ਸੰਗਤ ਮਹਿਸੂਸ ਕਰਦੀ ਹੈ ਇੱਕ ਲੋੜਵੰਦ ਨੂੰ ਇੱਕ ਦਿਨ ਦੇ ਵਿੱਚ ਛੱਤ ਬਣਾ ਕੇ ਦੇ ਦੇਣੀ, ਇਹ ਖੁਸ਼ੀ ਹਜ਼ੂਰ ਪਿਤਾ ਜੀ ਜਾਣਦੇ ਆ ਜਾਂ ਉਹ ਸਾਧ ਸੰਗਤ ਜਾਣਦੀ ਹੈ ਜਿਹਨਾਂ ਨੂੰ ਅੰਦਰੋਂ ਖੁਸ਼ੀ ਮਿਲਦੀ ਹੈ। ਠੀਕ ਹੈ ਬਾਈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਦਾਨ ਦਾਨ ਸਤਿਗੁਰੂ ਤੇਰਾ ਹੀ ਆਸ। ਬਾਈ ਜੀ ਕੀ ਨਾਮ ਤੁਹਾਡਾ? ਮੈਂ ਚਰਨ ਸਿੰਘ, ਪ੍ਰੇਮੀ ਸੇਵ ਪਿੰਡ ਕਲ। ਅੱਜ ਜੋ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਜੀ, ਉਹਦੇ ਬਾਰੇ ਦਿਓ ਜਾਣਕਾਰੀ। ਬਾਈ ਇੱਕ ਸਾਡੇ ਪਿੰਡ ਦੀ ਵਿਧਵਾ ਭੈਣ ਸੀ, ਲੋੜਵੰਦ ਪਰਿਵਾਰ, ਜਿਹਨਾਂ ਵੱਲੋਂ ਆਪਣੇ ਡੇਰਾ ਪ੍ਰੇਮੀਆਂ ਨੂੰ ਬੇਨਤੀ ਕੀਤੀ ਗਈ, ਤਾਂ 15 ਮੈਂਬਰਾਂ ਨੇ, 85 ਮੈਂਬਰਾਂ ਨੇ ਇਸਦਾ ਸਰਵੇਖਣ ਕਰਕੇ ਜੋ ਡੇਰੇ ਦੀਆਂ ਹਦਾਇਤਾਂ ਉਹਦੇ ਮੁਤਾਬਕ ਇਸ ਭੈਣ ਨੂੰ ਲੋੜਵੰਦ ਸੀ, ਪਤੀ ਲੋੜਵੰਦ ਸੀ, ਕਿਉਂਕਿ ਇਸ ਭੈਣ ਦੇ 3 ਲੜਕੀਆਂ, ਇੱਕ ਲੜਕੀ 10ਵੀਂ 'ਚ ਪੜ੍ਹਦੀ ਹੈ, ਇੱਕ 8ਵੀਂ 'ਚ ਪੜ੍ਹਦੀ ਹੈ, ਇੱਕ ਛੋਟੀ ਲੜਕੀ ਹੈ 5-6 ਸਾਲ ਦੀ, ਤਾਂ ਕਮਾਈ ਦਾ ਕੋਈ ਵੀ ਸਾਧਨ ਨਹੀਂ ਗਾ, ਤਾਂ ਇਸ ਕਰਕੇ ਜੇ ਆਪਣੇ ਪ੍ਰੇਮੀਆਂ ਵੱਲੋਂ ਇਸ ਲੋੜਵੰਦ ਭੈਣ ਦਾ ਮਕਾਨ ਬਣਾ ਕੇ ਦਿੱਤਾ ਜਾਂਦਾ। ਕਿੰਨਾ ਖਰਚਾ ਆ ਰਿਹਾ? ਮੈਕਸੀਮਮ ਜੀ ਹੈਗਾ ਇਹ 70-80 ਹਜ਼ਾਰ ਰੁਪਏ ਦਾ ਖਰਚਾ। ਕਿੰਨੇ ਬਾਏ ਕਿੰਨੇ ਦਾ ਕਮਰਾ ਜਿਹੜਾ ਇਹਦਾ ਤਿਆਰ ਕੀਤਾ ਜਾ ਰਿਹਾ? ਇਹਦਾ ਇੱਕ ਕਮਰਾ ਹੈਗਾ ਜੀ ਕਰੀਬ 15x15 ਦਾ ਕਮਰਾ, ਅੱਗੇ ਥੋੜ੍ਹੀ ਜਿਹੀ ਜਗ੍ਹਾ ਬਚਦੀ ਹੈ, ਉਹਦੇ ਵਿੱਚ ਵੀ ਬਾਥਰੂਮ ਵਗੈਰਾ 4 ਦੁਆਰੀ ਕਰਕੇ ਸਾਧ ਸੰਗਤ ਨੇ ਦੇਣੀ ਹੈ, ਅਤੇ ਸਾਰਾ ਖਰਚਾ ਸਾਧ ਸੰਗਤ ਵੱਲੋਂ ਕੀਤਾ ਜਾ ਰਿਹਾ। ਠੀਕ ਹੈ ਬਾਈ, ਧੰਨਵਾਦ। ਧੰਨਵਾਦ। ਪਿੰਡ ਕੀ ਨਾਮ ਤੁਹਾਡਾ? ਪਿੰਡ ਕਿਹੜਾ ਤੁਹਾਡਾ? ਅੱਜ ਤੁਹਾਨੂੰ ਮਕਾਨ ਬਣਾ ਕੇ ਦਿੱਤਾ ਜਾ ਰਿਹਾ, ਅਸੀਂ ਦੇਖ ਰਹੇ ਹੈਗੇ ਹਾਂ ਵੀ ਇਹ ਬੇਟੀਆਂ ਬੈਠੀਆਂ ਹੈਗੀਆਂ। ਸਾਡਾ ਘਰ ਸਾਡੇ ਬਾਬਾ ਦੀ ਡੈਥ ਹੋ ਗਈ ਸੀ, ਅਤੇ
ਡੈਥ ਹੋਈ ਨੂੰ 4 ਸਾਲ ਹੋ ਚੁੱਕੇ ਆ ਅਤੇ ਸਾਡਾ ਘਰ ਪਾਉਣਾ ਅਸੀਂ ਐਪਲੀਕੇਸ਼ਨ ਘੱਲੀ ਸੀ ਸਾਡਾ ਘਰ ਪਾਉਣ ਲਈ ਬਹੁਤ ਬਹੁਤ ਧੰਨਵਾਦ ਉਹਨਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ, ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਹੁਣ ਤੁਸੀਂ ਫਾਸਟ ਨਿਊਜ਼ ਪੰਜਾਬ ਦੀ ਐਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ। ਧੰਨਵਾਦ।